ਪਾਣੀ ਤਾਂ ਬੇਬਾਲ ਸਕਾਣ ਵਾਲਾ, ਤਿੰਨ ਚਾਰ ਬੱਕਰੀਆਂ ਮਰ ਗਈਆਂ, ਬਾਹਰ ਫਸਲ ਸਾਰਾ ਮਰ ਗਿਆ, ਮਕਾਨ ਕਰੈਕ ਹੋ ਗਏ ਸਾਰੇ ਇਲਾਕੇ ਦਾ ਜੀ। ਹੁਣ ਜੋ ਮਦਦ ਕਰੋ ਉਹ ਵੀ ਜਿੰਨੀ ਕਰੋ ਨਹੀਂ ਥੋੜ੍ਹੀ, ਵੈਸੇ ਅਸੀਂ ਲੋਕਾਂ ਦਾ ਨੁਕਸਾਨ ਹੋਇਆ ਜਿਹੜਾ ਕੋਈ ਬੰਨੇ ਨੂੰ। ਇਸ ਕੰਮ ਨੂੰ ਜਨਾਬ ਜਾਰੀ ਰੱਖੋ, ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਇਸ ਕੰਮ ਨੂੰ ਜਾਰੀ ਰੱਖੋ, ਬਹੁਤ ਨੁਕਸਾਨ ਹੋਇਆ, ਬਹੁਤ ਜ਼ਿਆਦਾ ਨੁਕਸਾਨ ਹੋਇਆ। ਅਸੀਂ ਰਾਣੀ ਹੁੰਦੇ ਹਾਂ, ਖਾਨਦਾਨ ਰਾਣੀਆਂ ਦਾ ਸਾਡਾ ਰਾਣੀ, ਅਤੇ ਨਾਂ ਮੇਰਾ ਸ਼ਾਹ ਬੀਬੀ ਹੈ। ਕਿਤਨੀ ਉਮਰ ਹੋ ਗਈ? ਹੋ ਗਈ 100 ਸਾਲ ਦੀ, 100 ਸਾਲ ਦੀ ਹੋ ਗਈ ਹੋਣੀ ਹੈ ਅੱਜ ਦੀ ਤਰੀਕ। ਐਨੇ ਨੇ ਜਦ ਇਹ ਕੁੜੀ ਆਈ ਜਿਹੜੀ ਖਲੋਤੀ ਦੀ, ਇੱਦਾਂ ਹੀ ਵੱਡਾ ਅਤੇ ਛੋਟਾ ਇੱਦਾਂ ਹੀ। ਜਦੋਂ ਮੈਂ ਰੰਦੀ ਹੋਈ ਸਾਂ, ਗਵਾਈਆਂ ਵੀ ਕੀਤੀਆਂ, ਲਾਟਾਂ ਵੀ ਕਰਾਈਆਂ, ਪੱਕੀਆਂ ਵੀ ਕੀਤੀਆਂ, ਇਹਨਾਂ ਪੁੱਤਰਾਂ ਮੇਰਾ ਕਦਰ ਨਹੀਂ ਪਾਇਆ। ਇਹ ਦੱਸੋ ਕਿ ਇਹ ਜਿਹੜਾ ਪਾਣੀ ਆਇਆ, ਕਿਤਨਾ ਨੁਕਸਾਨ ਹੋਇਆ? ਕੰਬਲ, ਹਰ ਫਰਿੱਜਾਂ, ਹਰ ਚੀਜ਼ ਪਾਣੀ ਪੈ ਗਿਆ, ਇੰਨਾ ਪਾਣੀ, ਇੰਨਾ ਦਾ ਪਾਣੀ। ਇੱਥੇ ਗਲੀ ਕੋਈ ਨੀ, ਤੈਨੂੰ ਨਹੀਂ ਕੋਈ ਨੀ, ਇਹ ਤੈਨੂੰ ਫੜ ਕੇ ਹੁਣ ਪੁੱਤਰ ਆਉਂਦਾ, ਤਾਂ ਬੈਠੋ ਮੇਰਾ ਪੁੱਤਰ ਬਣ ਗਏ। ਬੜੀ ਰਾਜੀਆਂ ਤੁਹਾਡੇ ਤੇ, ਤੁਹਾਨੂੰ ਇੰਨਾ ਦੇ ਜਿਹਨੂੰ ਸਾਲ ਨਾ ਸਕੋ, ਅੱਲਾ ਦਿੰਦੀ ਨਾ ਉਹਦੇ ਪੁੱਤਰੀ ਫੜੋ, ਅੱਲਾ ਤੁਹਾਨੂੰ ਇੰਨਾ ਦੇ ਜਿਹਨੂੰ ਸਾਲ ਨਾ ਸਕੋ, ਅੱਲਾ ਤੋਂ ਕਾਮਯਾਬ ਕਹਿ ਤਾਂ ਖੁਸ਼ ਕਰੇ ਅੱਲਾ ਨੂੰ, ਅੱਲਾ ਨੂੰ ਇਹਨਾਂ ਨੂੰ ਗੱਡੀਆਂ ਦੇ ਅੱਲਾ, ਕੁਰਸੀਆਂ ਦੇ ਇਹਨਾਂ ਨੂੰ ਅੱਲਾ। ਮੇਰੀਆਂ 9 ਬੱਚੀਆਂ ਨੇ ਅਤੇ ਛਮਾ ਮੇਰਾ ਨਾਂ ਹੈ। ਅਤੇ ਨੁਕਸਾਨ ਸਾਡਾ ਹੋਇਆ ਵਾ, ਮਕਾਨ ਡੇ ਪਿਆ ਅਤੇ ਅੰਦਰ ਦੁਕਾਨ ਦਾ ਸਮਾਨ ਜਿਹੜਾ ਸੀ ਉਹ ਰੁੜ ਗਿਆ। ਇਹ ਜਿਹੜੀ ਤਨਜ਼ੀਮ ਹੈ ਨਾ HAI ਜੀ, ਇਹਨੇ ਕੁਛ ਕਿਹਾ ਕਿ ਤੁਸੀਂ ਮਦਦ ਕੀਤੀ? ਇਹ ਟੈਂਟ ਔਰ ਇੱਕ ਪਾਣੀ ਵਾਲੀ ਬੋਤਲ ਅਤੇ ਇੱਕ ਛਾਪਰ। ਛਾਪਰ ਤਾਂ ਕੀ ਚੀਜ਼ਾਂ? ਛਾਪਰ 'ਚ ਤਾਂ ਚਣੇ ਅਤੇ ਖਜੂਰਾਂ ਅਤੇ ਇੱਕ ਬਿਸਕੁਟ। ਅਸੀਂ ਤਾਂ ਦੁਆ ਕਰਨੇ ਵਾਲਾ ਇਹਨਾਂ ਨੂੰ ਤਰੱਕੀ ਦੇ। ਅਸਲਾਮ ਅਲੈਕਮ, ਮੇਰਾ ਨਾਮ ਰਬੀਆ ਜਬਾਰ ਹੈ। ਮਤਲਬ ਕਿ ਸਾਡਾ ਸਰਮਾਇਆਕਾਰ ਹੀ ਕੋਈ ਨਹੀਂ ਇੰਨੀ ਕਿ ਅਸੀਂ ਜਿਹੜੀ ਕਰ ਲਈਏ, ਉਹਦੀ ਵਜ੍ਹਾ ਤਾਂ ਸਾਨੂੰ ਹੈ ਕਿ ਇਹਨਾਂ ਨੇ ਮਿਹਰਬਾਨੀ ਇਹਨਾਂ ਦੀ ਜਿਹੜੀ HAI ਵਾਲਿਆਂ ਦੀ ਕਿ ਜਿਨ੍ਹਾਂ ਨੇ ਸਾਨੂੰ ਟੈਂਟ ਦਿੱਤੇ, ਮਤਲਬ ਕਿ ਉਹ ਉਹਨਾਂ ਦੀ ਅਸੀਂ ਬੜੇ ਸ਼ੁਕਰ ਗੁਜ਼ਾਰ ਹਾਂ ਕਿ ਉਹਨਾਂ ਨੇ ਸਾਨੂੰ ਇਹ ਸਾਡੀ ਤਾਵਨ ਕੀਤਾ, ਬੜੀ ਉਹਨਾਂ ਨੇ ਸਾਡੀ ਮਤਲਬ ਕਿ ਮਦਦ ਕਈ ਖਿਦਮਤਗਾਰ ਹਾਂ। ਸ਼ੁਕਰ ਉਹਨਾਂ ਨੂੰ ਦੁਆ ਦੇਵਾਂਗੇ ਅਸੀਂ ਕਿ ਯਾ ਅੱਲਾ ਇਹਨਾਂ ਨੂੰ ਹੋਰ ਦੇਈਂ, ਹੋਰ ਮਦਦ ਕਰਨ ਦੀ ਤੌਫੀਕ ਅਤਾ ਫਰਮਾਈ ਇਹਨਾਂ ਨੂੰ। ਪਹਿਲੇ ਤਾਂ